ਦਲਿਤ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਅਕਤੀ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਸਤਿਕਾਰ ਕਮੇਟੀ ਦੇ ਇੱਕ ਮੈਂਬਰ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣ ਤੋਂ ਰੋਕਿਆ ਗਿਆ ਹੈ। ਦਰਅਸਲ ਉਹਨਾਂ ਦੇ ਘਰ ਦੇ ਵਿੱਚ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਘਰ ਦੇ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਰਖਵਾਉਣਾ ਸੀ, ਜਿਸ 'ਤੇ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਤਾਂ ਉੱਥੇ ਆਪਣੇ ਆਪ ਨੂੰ ਇੱਕ ਸਤਿਕਾਰ ਕਮੇਟੀ ਦਾ ਮੈਂਬਰ ਕਹਿੰਦੇ ਹੋਏ ਰਣਜੀਤ ਸਿੰਘ ਨਾਂ ਦੇ ਸ਼ਖਸ ਨੇ ਕਿਹਾ ਕਿ ਤੁਹਾਡੇ ਘਰ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਨੇ ਅਤੇ ਜੇਕਰ ਤੁਸੀਂ ਪਾਠ ਕਰਾਇਆ ਤਾਂ ਅਸੀਂ ਸੋਧਾ ਲਾਵਾਂਗੇ। ਦੱਸ ਦਈਏ ਕਿ ਪਾਠ ਕਰਵਾਉਣ ਤੋਂ ਰੋਕ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਵਾਲਮੀਕ ਸੁਧਾਰ ਸਭਾ ਦੇ ਧਿਆਨ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਏ ਅਤੇ ਸ਼ਿਕਾਇਤਕਰਤਾ ਲਾਡੀ ਸਿੰਘ ਨੇ ਦੱਸਿਆ ਏ ਕਿ ਸਤਿਕਾਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਧਮਕਾਇਆ ਕਿ ਤੁਹਾਡੇ ਘਰ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ ਨੇ, ਤੁਸੀਂ ਘਰ ਦੇ ਵਿੱਚ ਪਾਠ ਨਹੀਂ ਕਰਵਾ ਸਕਦੇ। ਹਾਲਾਂਕਿ ਲਾਡੀ ਸਿੰਘ ਨੇ ਕਿਹਾ ਕਿ ਅਸੀਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਘਰ ਦੇ ਵਿੱਚੋਂ ਉਤਾਰ ਦੇਵਾਂਗੇ, ਪਰ ਦੂਜੇ ਪਾਸੇ ਉਹਨਾਂ ਨੂੰ ਘਰ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਹਾਲਾਂਕਿ ਹੁਣ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਅਤੇ ਪੁਲਿਸ ਜਾਂਚ ਦੀ ਗੱਲ ਆਖਦੇ ਹੋਏ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ। ਸਾਡੀ ਮਾਤਾ ਜੀ ਦਾ 8 ਤਰੀਕ ਨੂੰ ਭੋਗ ਸੀ ਜੀ, ਸਤਿਕਾਰ ਕਮੇਟੀ ਦਾ ਭਾਈ ਰਣਜੀਤ ਸਿੰਘ ਹੈ ਜੀ, ਉਹ ਹਲਕਾ ਇੰਚਾਰਜ ਦੱਸਦਾ ਜੀ, ਇਹਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇਹਦਾ ਕਾਰਨ ਪੁੱਛਿਆ, ਸਾਨੂੰ ਆਣ ਕੇ ਵੀਰ ਜੀ ਕਾਰਨ ਦੱਸ ਦਿਓ। ਇਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਆਪਣੇ ਘਰ ਲਿਆਉਣਾ ਜੀ, ਘਰ ਆਪਾਂ ਪਾਠ ਕਰਾਉਣਾ ਜੀ, ਖੰਡ ਪਾਠ ਸਾਹਿਬ ਕਰਾਉਣਾ ਜੀ। ਹਾਂਜੀ, ਇਹਨੇ ਖੰਡ ਪਾਠ ਸਾਹਿਬ ਹੋਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ ਜੀ, ਪਾਠੀਆਂ ਸਾਹਿਬ ਨੂੰ ਧਮਕਾਉਣ ਲੱਗ ਪਿਆ, ਜੇਕਰ ਤੁਸੀਂ ਪਾਠ ਕੀਤਾ ਤੁਹਾਨੂੰ ਇੱਥੇ ਇਹ ਕਰ ਦਾਂਗੇ ਉਹ ਕਰ ਦਾਂਗੇ ਜੀ। ਮੁੜ ਕੇ ਇਹਨੇ ਪੁਲਿਸ ਆਖਿਆ ਵੀ ਤੁਹਾਡੇ ਤੇ ਕੇਸ ਕਰਾ ਦੂੰਗਾ ਮੈਂ, ਪਾਠੀਆਂ ਨੂੰ ਕਿਹਾ, ਪਾਠੀ ਵਿਚਾਰੇ ਡਰਦੇ ਉਹਨਾਂ ਨਹੀਂ ਪਾਠ ਕੀਤਾ ਜੀ। ਇਹਦੇ ਧਮਕਾਉਣ ਦੇ ਕਾਰਨ ਅਸੀਂ ਕਾਰਨ ਪੁੱਛਦੇ ਹਾਂ ਭਾਈ ਰਣਜੀਤ ਸਿੰਘ ਨੂੰ, ਭਾਈ ਰਣਜੀਤ ਸਿੰਘ ਜੀ ਸਾਨੂੰ ਇਨਸਾਫ ਦਿਓ, ਕੀ ਕਾਰਨ ਆ, ਗੁਰੂ ਗ੍ਰੰਥ ਸਾਹਿਬ ਸਾਨੂੰ ਕਿਉਂ ਨਹੀਂ ਲਿਆਉਣ ਦਿੱਤਾ ਗਿਆ, ਭੋਗ ਨਹੀਂ ਪਾਉਣ ਦਿੱਤਾ ਇਹਨੇ ਖੰਡ ਪਾ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਲਿਆਉਣ ਦਿੱਤਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਆਉਂਦੇ ਤੇ ਫਿਰ ਹੀ ਆਪਾਂ ਖੰਡ ਪਾ ਭੋਗ ਪੈਣਾ ਜੀ। ਇਹਨੇ ਘਰ ਲਿਆਉਣ ਤੋਂ ਇਨਕਾਰ ਕਰ ਦਿੱਤਾ ਵੀ ਤੁਸੀਂ ਲਿਆ ਨਹੀਂ ਸਕਦੇ, ਉਹਦੇ ਕਰਕੇ ਭੋਗ ਨਹੀਂ ਪਿਆ ਜੀ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ, ਸੰਸਥਾਵਾਂ ਨੂੰ? ਅਸੀਂ ਇਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਜੀ, ਇਹ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਦੇ ਨਾਲ ਕੋਈ ਨੀ, ਜੇ ਇਨਸਾਫ ਮੰਗਦੇ ਆਉਂਦਾ ਹੀ ਨਹੀਂ ਅਜੇ ਤੱਕ, ਮੱਥੇ ਨਹੀਂ ਲੱਗਾ ਜੀ, ਉਸਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਅੱਗ ਵਾਂਗੂ ਫੈਲ ਰਹੀ ਸੀ, ਉਸ ਵੀਡੀਓ ਮੁਤਾਬਿਕ ਜੋ ਸਾਨੂੰ ਪਰਿਵਾਰ ਦੇ ਜੀਆ ਨੇ ਲਾਡੀ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 31 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਜਾਂਦਾ, ਦੇਹਾਂਤ ਹੋਣ ਉਪਰੰਤ ਮਾਤਾ ਜੀ ਦਾ ਸੰਸਕਾਰ ਸਿੱਖ ਰੀਤੀ ਰਵਾਇਤਾਂ ਅਨੁਸਾਰ ਕੀਤਾ ਜਾਂਦਾ ਹੈ, ਅਰਦਾਸੀ ਸਿੰਘ ਵੱਲੋਂ ਅਰਦਾਸ ਕੀਤੀ ਜਾਂਦੀ ਹੈ, ਜਿਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਦੀ ਗੱਲ ਹੁੰਦੀ ਹੈ ਤੇ ਪਰਿਵਾਰ ਦੇ ਦੱਸਣ ਮੁਤਾਬਿਕ ਰਣਜੀਤ ਸਿੰਘ ਉਦੋਕੇ ਜੋ ਕਿ ਆਪਣੇ ਆਪ ਨੂੰ ਸਤਿਕਾਰ ਕਮੇਟੀ ਦਾ ਪ੍ਰਧਾਨ ਦੱਸਦਾ ਹੈ, ਉਹਦੇ ਵੱਲੋਂ ਗ੍ਰੰਥੀ ਸਿੰਘ ਨੂੰ ਡਰਾਇਆ ਗਿਆ, ਧਮਕਾਇਆ ਗਿਆ ਤੇ ਸਿੱਧੇ ਤੌਰ ਤੇ ਇਸ ਪਰਿਵਾਰ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਦੇ ਹੋ ਤੇ ਅਸੀਂ ਤੁਹਾਡਾ ਸੋਧਾ ਲਾਵਾਂਗੇ। ਮਜ਼ਬੀ ਸਿੱਖ ਸਮਾਜ ਨੂੰ ਪੰਥ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਇੱਕ ਗੱਲ ਦੀ ਚੇਤਾਵਨੀ ਦੇਣਾ ਚਾਹੁੰਦਾ, ਇਹ ਮਜ਼ਬੀ ਸਿੱਖ ਉਹ ਸਮਾਜ ਹੈ, ਇਹ ਉਹ ਪੰਥ ਦੇ ਵਾਰਿਸ ਨੇ ਜਿਹੜੇ ਕਿ ਆਪਣੇ ਗੁਰੂ ਪੀਰ ਦਾ ਜਿਨ੍ਹਾਂ ਨੇ ਔਖੀ ਘੜੀ ਵੇਲੇ ਕਦੀ ਸਾਥ ਨਹੀਂ ਛੱਡਿਆ ਤੇ ਹੁਣ ਇਹ ਆਪਣੇ ਪੰਥ ਤੋਂ ਕਦੀ ਅਲੱਗ ਨਹੀਂ ਹੋਣਗੇ। ਜੇ ਇਸ ਮਨਸੂਬੇ ਨੂੰ ਲੈ ਕੇ ਇਹ ਸ਼ਰਾਰਤੀ ਅਨਸਰਾਂ ਨੇ ਦਲਿਤ ਸਮਾਜ ਨੂੰ ਹਮੇਸ਼ਾ ਟਾਰਗੇਟ ਤੇ ਰੱਖਿਆ, ਦਲਿਤ ਸਮਾਜ ਦੇ ਦੁੱਖ ਤੇ ਸੁੱਖ ਵੇਲਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਪ੍ਰਕਾਸ਼ ਨਹੀਂ ਹੋਣ ਦਿੰਦੇ,
ਇਹਨਾਂ ਦੇ ਮਨਸੂਬਿਆਂ ਨੂੰ ਸਾਡੀ ਜਥੇਬੰਦੀ ਕਦੀ ਵੀ ਸਫਲ ਨਹੀਂ ਹੋਣ ਦੇਵੇਗੀ। ਬਿਲਕੁਲ ਜੀ, ਅਜਿਹੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਤਾਂ ਜੋ ਸਾਡੇ ਭਾਰਤ ਦਾ ਸੰਵਿਧਾਨ ਜੋ ਸਾਨੂੰ ਹੱਕ ਹਕੂਕ ਦਿੰਦਾ ਉਹ ਪੂਰਨ ਤੌਰ ਤੇ ਹੇਠਲੇ ਪੱਧਰ ਤੇ ਲਾਗੂ ਹੋ ਸਕਣ। ਇਹ ਕੰਪਲੇਂਟ ਸਾਡੇ ਕੋਲ ਆਈ ਹੈ ਜੀ, ਕੋਈ ਰਣਜੀਤ ਸਿੰਘ ਹੈ ਜੀ ਸਤਿਕਾਰ ਕਮੇਟੀ ਤੋਂ ਮਾੜੀ ਉਦੋਂ ਕੇ ਪਿੰਡ ਦੇ, ਉਹਨਾਂ ਨੇ ਕੋਈ ਰੋਕਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਤੋਂ, ਉਸ ਸੰਬੰਧੀ ਕੰਪਲੇਂਟ ਆਈ ਹੈ ਸਰ, ਆਪਾਂ ਚੈੱਕ ਕਰਕੇ ਕਾਰਵਾਈ ਕਰ ਰਹੇ ਜੀ ਉਹਦੇ ਕੇਸ। ਇਹ ਕੋਈ ਪਖੰਡ ਪਾਠ ਸਾਹਿਬ ਦਾ ਭੋਗ ਸੀ ਸਰ ਉਸਦੇ? ਹਾਂ ਜੀ, ਇਹੀ ਸੁਣਿਆ ਹੈ। ਤੇ ਕੀ ਮਾਮਲਾ ਕਾਰਵਾਈ ਆ, ਕੁਛ ਕਿਸ ਤਰੀਕੇ ਦਾ? ਉਹਦੀ ਆਪਾਂ ਡੀ ਲੀਗਲ ਤੋਂ ਰਾਏ ਲੈ ਕੇ ਅੱਗੇ ਕਾਰਵਾਈ ਕਰਾਂਗੇ।